My deepest gratitude for such an excellent opportunity to be here and to visit such a wonderful place like Golden Temple. This is our it's honor to be here. We saw the architecture, we were extremely impressed by everything we saw during the excursion. And one more particular moment I'd like to dwell on is the people who are really friendly and who were standing in the queue to see the and to pay respect to the sanctuary. Thank you once again. We'll keep such a wonderful moment in our memory forever. During excursion, we were trying to do our best. Thank you so much. Okay. Thank you, Chief. ਸਤਿਕਾਰ ਸ੍ਰੀ ਹਰਿਮੰਦਰ ਸਾਹਿਬ, ਸ਼ਰਧਾ ਸਤਿਕਾਰ ਪੇਸ਼ ਕਰਨ ਆਏ ਅਸੀਂ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਏ ਆਖਿਆ। ਸਤਿਕਾਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਉਹਨਾਂ ਨੇ ਪਰਿਕਰਮਾ ਕਰਦੇ ਆ, ਖਾਸ ਕਰਕੇ ਸਤਿਕਾਰ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਕਨਸੈਪਟ ਆ ਬਰਾਬਰਤਾ ਦਾ, ਸਿਧਾਂਤ ਦਾ, ਸੱਭਿਅ ਸਾਂਝੀ ਵਾਲਤਾ ਦਾ, ਲੰਗਰ ਦੇ ਬਾਰੇ 'ਚ ਕਿ ਲੰਗਰ ਦੇ ਵਿੱਚ ਕਿੰਨੇ ਲੋਕਾਂ ਨੂੰ ਰੋਜ਼ਾਨਾ ਭੋਜਨ ਛਕਾਇਆ ਜਾਂਦਾ ਫਰੀ ਆਫ ਕਾਸਟ। ਸੈਕਿੰਡਲੀ ਜਿਹੜਾ ਕੋਈ ਵੀ ਸਿੱਖ ਬੈਗਰ ਆ ਉਹ ਨਹੀਂ ਮਿਲੇਗਾ ਸਿੱਖ, ਕਿਉਂਕਿ ਕਿਰਤੀ ਆ। ਅਤੇ ਆਰਮੀ ਚੀਫ ਨੇ ਖਾਸ ਕਰਕੇ ਜਿਹੜੀ ਤਵੱਜੋ ਆ ਉਹ ਸ਼ਹੀਦ ਬਾਬਾ ਦੀਪ ਸਿੰਘ ਦੇ ਉਸ ਸਥਾਨ 'ਤੇ ਦਿੱਤੀ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਤਲੀ 'ਤੇ ਧਰ ਕੇ ਕੌਮ ਵਾਸਤੇ ਲੜੇ ਸੀ ਅਤੇ ਮੁਗਲਾਂ ਦਾ ਘਾਣ ਲਾਏ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਦਿਆਂ ਉਹਨਾਂ ਸਰਦਰ 'ਤੇ ਵੀ ਛੂਹਿਆ, ਇਸ ਪਵਿੱਤਰ ਸਥਾਨ ਦੀ ਸਰਦਰ ਨੂੰ ਛੂਹ ਕੇ ਜਿਹੜੀਆਂ ਵਾਈਬ੍ਰੇਸ਼ਨ ਉਹਨਾਂ ਨੂੰ ਮਿਲੀਆਂ ਉਹਨਾਂ ਬਾਰੇ ਵੀ ਗੁਰੂ ਦਾ ਧੰਨਵਾਦ ਕੀਤਾ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਮਾਨਯੋਗ ਪ੍ਰਧਾਨ ਸਾਹਿਬ ਵੱਲੋਂ, ਮੈਂਬਰ ਸਾਹਿਬਾਨ ਵੱਲੋਂ ਅੱਜ ਇੱਥੇ ਆਰਮੀ ਚੀਫ ਦੇ ਆਉਣ 'ਤੇ ਉਹਨਾਂ ਨੂੰ ਜੀਆਂ ਨੇ ਆਖਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਮੈਂਬਰ ਸਾਹਿਬਾਨ ਨੇ ਸਨਮਾਨਿਤ ਅਤੇ ਸਤਿਕਾਰ ਵੀ ਭੇਟ ਕੀਤਾ।